कि श्रोमणी अकाली दल उन्होंने कहा कि असीं किसानां दे नाल है। मैं जिवें कहा सी अमित शाह कहिंदा गलबात चल रही है, गृह मंत्री कहिंदा गलबात चल रही है, लेकिन टाइमिंग उही है। पता नहीं नेचर की चाहुंदी है अकाली दल नाल। भुल्लर साहब ਪਾਲੀਆ ਸਾਹਿਬ, ਗੱਲ ਇਸ ਤਰ੍ਹਾਂ ਹੈਗਾ ਹੈ ਕਿ ਜਿਹੜੀ ਗੱਲਬਾਤ ਚੱਲਣ ਵਾਲੀ ਹੈ ਕਈ ਕਿਹਾ ਸਾਰੀਆਂ ਨੇ, ਸਾਡਾ ਸੁਖਬੀਰ ਬਾਦਲ ਹੋਣਾ ਨੇ ਕੱਲ ਵੀ ਇਸ ਚੀਜ਼ ਨੂੰ ਕਲੀਅਰ ਕਰਤਾ ਕਿ ਸਾਡਾ ਸਮਝੌਤਾ BSP ਨਾਲ ਹੈ ਔਰ ਅੱਜ ਦੀ ਤਰੀਕ 'ਚ ਅਸੀਂ BSP ਦੇ ਨਾਲ ਖੜੇ ਹਾਂ ਔਰ ਅਗਲੀ ਇਲੈਕਸ਼ਨ ਵਾਸਤੇ ਅਸੀਂ BSP ਨਾਲ ਰਲ ਕੇ ਆਪਣੀ ਤਿਆਰੀ ਕਰ ਰਹੇ ਹੈਗੇ ਹਾਂ। ਉਹਨਾਂ ਨੇ ਕੱਲ ਵੀ ਇਸ ਚੀਜ਼ ਨੂੰ ਡਿਨਾਈ ਕੀਤਾ ਕਿ ਸਾਡਾ ਅਰੇ ਕੋਈ ਐਸੀ ਗੱਲ ਨਹੀਂ ਹੈਗੀ ਕਿ ਜਿਹੜਾ ਅਸੀਂ BJP ਦੇ ਨਾਲ ਕੋਈ ਸਮਝੌਤੇ ਦੀ ਗੱਲ ਹੈ ਸਾਡੀ। ਦੂਸਰੀ ਗੱਲ ਜਿਹੜੀ ਹੈ, ਪੰਜਾਬ ਨੂੰ ਤਾਂ ਮਾਰ ਦੋਵੇਂ ਪਾਸਿਓਂ ਪੈ ਰਹੀ ਹੈ। ਪੰਜਾਬ ਜਿਹੜਾ ਕਿਸਾਨ ਹੈ, ਚਾਹੇ ਉਹ ਸੈਂਟਰ ਵੱਲੋਂ ਹੋਵੇ ਚਾਹੇ ਉਹ ਸਟੇਟ ਗਵਰਨਮੈਂਟ ਵੱਲੋਂ ਹੋਵੇ, ਇੱਕ ਨੇ ਬੈਰੀਕੇਡ ਜਿਹੜੇ ਹੈਗੇ ਹਰਿਆਣਾ ਦੇ ਬਾਰਡਰ ਤੇ ਲਾਏ ਹੋਏ ਆ, ਦੂਜੇ ਨੇ ਸੰਗਰੂਰ ਲਾਏ ਹੋਏ ਨੇ। ਉੱਥੇ ਕਿਸਾਨ ਵੜ ਨਹੀਂ ਸਕਦੇ ਕਿਉਂਕਿ CM ਸਾਹਿਬ ਦੀ ਕੋਠੀ ਹੈ, ਉੱਥੇ ਡਾਂਗਾਂ ਪੈਂਦੀਆਂ ਨੇ, ਉੱਥੇ ਵੀ ਅਥਰੂ ਗੈਸ ਸੁੱਟੀ ਜਾਂਦੀ ਹੈ, ਵਾਟਰ ਕੈਨਨ ਚੱਲਦੇ ਨੇ, ਪੱਗਾਂ ਲਾਈਆਂ ਜਾਂਦੀਆਂ ਨੇ, ਤੇ ਉਹੀ ਅੱਜ ਹਰਿਆਣੇ ਦੇ ਬਾਰਡਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਅਲਟੀਮੇਟਲੀ ਕਿਸਾਨ ਕਿਹੜੀ ਸਰਕਾਰ ਕੋਲ ਜਾਵੇ? ਦੋਨਾਂ ਨੇ ਵਾਅਦੇ ਕੀਤੇ, ਇੱਕ ਨੇ ਕਿਹਾ ਸੀਗਾ ਚੁਟਕੀਆਂ ਮਾਰ ਕੇ ਅਸੀਂ 23 ਦੀਆਂ 23 ਫਸਲਾਂ ਦੇ ਉੱਤੇ ਜਿਹੜਾ MSP ਦੇਵਾਂਗੇ, ਉੱਥੋਂ ਮੁੱਕਰ ਗਏ। ਕਰਜ਼ੇ ਮਾਫ਼ ਕਰਨੇ ਸੀ, ਉੱਥੋਂ ਮੁੱਕਰ ਗਏ। ਕਿਸਾਨਾਂ ਦੀ 4 ਵਾਰੀ ਫਸਲ ਬਰਬਾਦ ਹੋ ਗਈ, 2 ਵਾਰੀ ਗੜੇਮਾਰ ਹੋ ਕੇ, ਫਿਰ ਫਲੱਡ ਆਏ, ਫਲੱਡ ਦੇ ਨਾਲ ਹੋਈ, ਜਾਂ ਸੁੰਡੀ ਦੇ ਨਾਲ ਜਿਹੜੀ ਕਪਾਹ ਬਰਬਾਦ ਹੋਈ, ਉਹ ਨਹੀਂ ਮੁਆਵਜ਼ੇ ਨਹੀਂ ਮਿਲੇ। 188 ਕਰੋੜ ਰੁਪਇਆ ਜਿਹੜਾ ਸੈਂਟਰ ਨੇ ਦਿੱਤਾ ਸੀਗਾ, ਉਸ ਤੋਂ ਸਿਵਾਏ ਕੋਈ ਪੈਸਾ ਨਹੀਂ ਦਿੱਤਾ ਗਿਆ। 20,000 ਰੁਪਇਆ ਪਰ ਏਕੜ ਦੇਣ ਦਾ ਵਾਅਦਾ ਸੀਗਾ ਬਗੈਰ ਗਰਦੌਰੀਆਂ ਤੋਂ। ਅੱਜ ਤਰੀਕ ਗਰਦੌਰੀਆਂ ਨਹੀਂ ਹੁੰਦੀਆਂ, ਪੈਸੇ ਤਾਂ ਕਿਹਨੇ ਦੇਣੇ ਆ ਜੀ? ਮਤਲਬ ਦੋਵੇਂ ਪਾਸੋਂ ਹੀ ਮੇਰੀ ਮਾਰ ਹੈ ਕਿਸਾਨਾਂ ਨੂੰ। ਯਾਰ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਨੇ ਜਿਹੜੀ ਆ ਮੀਟਿੰਗ ਮੂਟਿੰਗ ਕਰਾਈ ਸੀਗੀ, ਉਹ 'ਚ ਵੀ ਤੁਸੀਂ ਦੇਖਿਆ ਹੋਣਾ ਵੀ ਹੋਣੇ ਤਾਂ ਚਾਹੀਦੇ ਸੀਗੇ। ਚੀਫ ਸੈਕਟਰੀ ਹੁੰਦੇ, ਹੋਮ ਸੈਕਟਰੀ ਹੁੰਦੇ, CM ਬੈਠੇ ਸੀਗੇ, ਨਾਲ ਕਿਸਾਨ ਜਥੇਬੰਦੀਆਂ ਲੀਡਰ ਦੇ ਸੀ ਉਹ ਹੁੰਦੇ, ਨਾਲ ਜਿਹੜੀ ਸੈਂਟਰ ਦੀ ਟੀਮ ਆਈ ਸੀ ਉਹ ਹੁੰਦੀ। ਲੇਕਿਨ 2 ਦਰਜਨ ਦੇ ਕਰੀਬ ਉੱਥੇ ਪੁਲਿਸ ਅਫਸਰ ਬਿਠਾਏ ਹੋਏ ਸੀਗੇ। ਜਦੋਂ ਹੋਮ ਸੈਕਟਰੀ ਬਹਿ ਗਿਆ ਉੱਥੇ ਪੁਲਿਸ ਅਫਸਰਾਂ ਦੀ ਕੋਈ ਲੋੜ ਹੀ ਨਹੀਂ ਸੀਗੀ, ਜਾਂ ਵੱਧ ਤੋਂ ਵੱਧ DGP ਸਾਹਿਬ ਬਹਿ ਜਾਂਦੇ। ਮੈਨੂੰ ਨਹੀਂ ਸਮਝ ਲੱਗੀ ਉਹਨੇ ਤੇ ਲੋਕ ਜਿਹੜੇ ਮੀਟਿੰਗ 'ਚ ਹੋਣੇ ਚਾਹੀਦੇ ਸੀ ਉਹ ਨਹੀਂ ਸੀ, ਜਿੰਨੀ ਵੱਧ ਉੱਥੇ ਨਫਰੀ ਪੁਲਿਸ ਦੀ ਸੀ ਵੀ ਉਹ ਕਹਿ ਲਈ ਸੀ, ਉਹ ਨਹੀਂ ਸਮਝ ਲੱਗੀ ਸਾਨੂੰ। ਉਹ ਮਲਹੋਤਰਾ ਸਾਹਿਬ ਸਮਝਾ ਦੇਣ ਕਿਉਂ ਬਿਠਾਏ ਸੀਗੇ, ਵੀ ਉਹ ਡਰਾਉਣ ਲਈ ਬਿਠਾਏ ਸੀਗੇ ਵੀ ਤੁਸੀਂ ਜੇ ਕੁਛ ਕਰੋਗੇ ਇਹੋ ਜਿਹਾ ਤਾਂ ਅਸੀਂ ਤੁਹਾਡੇ 'ਤੇ ਪਰਚੇ ਦਰਜ ਕਰਾਂਗੇ, ਕੋਈ ਚੇਨਿੰਗਾਂ ਦੇ ਕੋਈ ਹੋਰ 307 ਦੇ ਪਰਚੇ ਦਰਜ ਕਰ ਦਾਂਗੇ। ਮਤਲਬ ਪੰਜਾਬ ਦਾ ਕਿਸਾਨ ਤੇ ਦੋਵੇਂ ਪਾਸਿਓਂ ਮਾਰ ਚੱਲ ਰਿਹਾ, ਚਾਹੇ ਉਹ ਸਟੇਟ ਗਵਰਨਮੈਂਟ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ, ਦੋਨੋਂ ਆਪਣੇ ਵਾਅਦਿਆਂ ਤੋਂ ਬੁਕਰੇ ਨੇ, ਦੋਵੇਂ ਆਪਣੇ ਵਾਅਦਿਆਂ ਤੋਂ ਭੱਜੇ ਨੇ, ਔਰ ਕਿਸਾਨ ਠੱਗਿਆ ਹੋਇਆ। ਔਰ ਬੜੀ ਚਤੁਰਾਈ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ, ਪੰਜਾਬ ਦੇ ਨੇ, ਆਪਣੇ ਗਲੋਂ ਲਾ ਕੇ ਦਿੱਲੀ ਵੱਲ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਨੂੰ।